पंजाब के जालंधर कैंट के गांव वासी और तमाम कांग्रेस लीडरशिप एकत्रित होकर जालंधर के डिप्टी कमिश्नर को मांग पत्र देने पहुंचे हैं। इन सभी ने डिप्टी कमिश्नर को बताया कि जालंधर कैंट हलके के कई गांव में शिरोमणि अकाली दल के नेता द्वारा नाजायज मीनिंग कर खेतों की मिट्टी उठाई जा रही है और 25 से 30 फुट की नाजायज मीनिंग की जा रही है, जिस कारण वहां से बहती काली बई के पानी के गांव में आने का खतरा मंडरा रहा है और सिविल प्रशासन और पुलिस विभाग अकाली दल के नेता पर कोई कार्रवाई नहीं कर रहा है। मेरा नाम दलवीर सिंह है। किसान? हाँ जी, मैं किसान हूँ। हाँ जी, साढ़े नाल खेत लगते बिल्कुल। कितने फुट माइनिंग? माइनिंग घटो घट 25-30 फुट हो चुकी है। उसे ड्राइवरी कहते नहीं हट सकते। मैं इधर रोकिया, मैं बिल्कुल नाल दी इधर राह बना रहे सी। मैं जद के रोकिया उन्होंने, मैं क्या भी इन्हें इतों बना, उन्होंने ड्राइवर है जी जो खुदाई कर रहे हैं। नाम तो मैं नहीं पता, हूँ मैं तो जानता नहीं कि ड्राइवर की है। मैं ये जो धमकियां दे रहे हैं, साढ़े उसे HS वालिया साहब की गल हुई थी, तो अभी उन्होंने कहा भी तुम ये काम हट जाओ भी साढ़ा भी पिंड बेच की मार हेठ आ, तो वो नहीं हटे। उन्होंने कहा नहीं तो धरना लावे, तो उन्होंने कहा जो तुम धरना लावे तो मेरे तो हजारा ड्राइवर आ भी मेरे टिप्पर चल दे भी तुम मिनटा के खदेड़ दिता जाऊगा भी जे असं उन्होंने उत्थे भी दो चार बंदे जाके रोकते हैं जो गड्डियां चलदियां तो सानू मार कुटन तक जांदे आ। असीं कल्ले बंदे जाने कि कोई कल्ला बंदा भी रात नूं उधर जा नहीं सकदा। कई वार कीती, कई वार कंप्लेंट कीती, कोई नहीं अच्छा लैंदा। 15-24-25 दिसंबर नूं असीं DC साहब नूं भी एप्लीकेशन दित्ती सीगी जी। उस तों बाद जी DC साहब ने SDM साहब नूं भी फॉरवर्ड कीती, ते असीं उहनां नूं पुछिया वी कदों आ रहे आ। उह सानूं कहिंदे सरप्राइज़ देवांगे। ਸਾਨੂੰ ਕਿਸੇ ਪਿੰਡ ਵਾਸੀ ਨੂੰ ਕੋਈ ਨਹੀਂ ਪਤਾ ਹੁੰਦਾ ਵੀ ਕਦੋਂ ਆਉਂਦੇ ਕਦੋਂ ਨਹੀਂ। ਜਦੋਂ ਉਹਨਾਂ ਨੂੰ ਪੁੱਛਦੇ ਅਸੀਂ ਜੀ ਗਏ ਸੀ, ਅਸੀਂ ਉਹਨਾਂ ਨੂੰ ਜੁਰਮਾਨਾ ਕਰਤਾ। ਜੁਰਮਾਨਾ ਤਾਂ ਜੀ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ, ਕਿਉਂਕਿ ਜੇ ਜੁਰਮਾਨਾ ਕਰਦੇ ਇੰਨੀ ਖੁਦਾਈ ਹੋ ਚੁੱਕੀ ਤਾਂ ਉਹਦਾ ਕੀ ਹੱਲ ਹੈ? ਜਿੰਨਾ ਜੁਰਮਾਨਾ ਭਰਵਾਈ ਕਰੂਗਾ ਜਿਹੜੇ ਡਿੱਪ ਹੈ ਖੇਤ ਵਿੱਚ ਸਾਡੇ ਨਾਲ, ਫਿਰ ਜਿਹੜਾ ਜੁਰਮਾਨੇ ਨੂੰ ਅਸੀਂ ਚੱਟਣਾ। ਜੁਰਮਾਨਾ ਉਹ ਕਰ ਰਹੇ ਆ, ਠੀਕ ਹੈ ਜੀ। ਜੁਰਮਾਨਾ ਇਸ ਚੀਜ਼ ਦਾ ਹੱਲ ਨਹੀਂ ਗਾ। ਉਹ ਜੁਰਮਾਨਾ ਜਦੋਂ ਕਰਦੇ ਆ ਉਹ ਉਸ ਤੋਂ ਜ਼ਿਆਦਾ ਹੋਰ ਜਾ ਕੇ ਡੂੰਘੇ ਜ਼ਿਆਦਾ ਪੱਟਦੇ ਆ, ਤੇ ਅਸੀਂ ਇਹ ਅਪੀਲ ਕਰ ਕਈ ਪਿੰਡਾਂ ਦੇ ਲੋਕ ਤੇ ਕਾਂਗਰਸ ਦੀ ਜਿਹੜੀ ਤਮਾਮ ਲੀਡਰਸ਼ਿਪ ਆਈ ਸੀਗੀ ਮੈਮੋਰੈਂਡਮ ਦੇ ਨ, ਤੇ ਉਹਨਾਂ ਨੇ ਦੱਸਿਆ ਕਿ ਕੈਂਟ ਹਲਕੇ ਦੇ ਕਈ ਪਿੰਡਾਂ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਤੁਸੀਂ ਅਕਾਲੀ ਦਲ ਦਾ ਜ਼ਿਕਰ ਕਰ ਪਾ ਰਹੇ ਆ? ਜਿਹੜਾ ਮੰਗ ਪੱਤਰ ਮੇਰੇ ਕੋਲ ਆਇਆ ਇਸ ਦੇ ਉੱਤੇ ਜ਼ਰੂਰ ਕਾਰਵਾਈ ਕੀਤੀ ਜਾਏਗੀ। ਜਿਹੜਾ ਵੀ ਕੋਈ ਦੋਸ਼ੀ ਹੋਏਗਾ ਉਹਦੇ ਉੱਤੇ ਐਕਸ਼ਨ ਲਿੱਤਾ ਜਾਏਗਾ। ਇਹਨੂੰ ਅਸੀਂ ਪਹਿਲਾਂ ਫੀਲਡ ਵੈਰੀਫਿਕੇਸ਼ਨ ਵਾਸਤੇ ਭੇਜ ਰਹੇ, ਮੈਂ ਇਮੀਡੀਏਟਲੀ ਕੰਸਰਨਡ SDM ਐਂਡ ਫਲਾਇੰਗ ਸਕੁਐਡ ਨੂੰ ਅਲਰਟ ਕਰ ਦਿੱਤਾ ਹੈਗਾ। ਉਹ ਮੌਕੇ 'ਤੇ ਜਾ ਕੇ ਉਹਦੀ ਰਿਪੋਰਟ ਲੈਣਗੇ। ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈਗਾ ਕਿਸੇ ਵੀ ਇਲੀਗਲ ਐਕਟੀਵਿਟੀ ਦੇ ਉੱਤੇ, ਤਾਂ ਉਸ ਦੇ ਉੱਤੇ ਐਕਸ਼ਨ ਲਿੱਤਾ ਜਾਏ। ਪਿੰਡਾਂ ਵੱਲੋਂ ਇਹ ਵੀ ਕਿਹਾ ਗਿਆ ਤੁਹਾਨੂੰ ਕਈ ਵਾਰ ਮੰਗ ਪੱਤਰ ਵੀ ਦਿੱਤੇ ਗਏ, ਕਈ ਵਾਰ ਤੁਹਾਡੇ ਨੋਟਿਸ ਵੀ ਨਹੀਂ ਦਿੱਤਾ ਗਿਆ, ਫਿਰ ਵੀ ਕੋਈ ਇਸ ਦੇ ਉੱਤੇ ਕਾਰਵਾਈ ਨਹੀਂ? ਨਹੀਂ, ਅਸੀਂ ਪਿੱਛੇ ਜੀ ਕਈ FIRs ਵੀ ਕਰਾਈਆਂ ਹੈਗੀਆਂ ਜਿੱਥੇ ਜਿੱਥੇ ਇਲੀਗਲ ਮਾਈਨਿੰਗ ਸਾਡੇ ਕੋਲ ਆਈ ਹੈਗੀ ਰਿਪੋਰਟਸ, ਉੱਥੇ ਆਪਾਂ ਚੈਕਿੰਗ ਕਰਾ ਕੇ ਅੱਗੇ ਵੀ FIR ਕਰਾਈਆਂ, ਉਹਦੀਆਂ ਅੱਜ ਡਿਟੇਲਸ ਤੁਹਾਨੂੰ ਆਪਾਂ ਸੈਪਰੇਟਲੀ ਪ੍ਰੋਵਾਈਡ ਕਰ ਦਾਂਗੇ। ਜਿਹੜੇ ਕੈਂਟ ਹਲਕੇ ਦੇ ਵਿਧਾਇਕ ਨੇ ਪ੍ਰਗਟ ਸਿੰਘ, ਉਹ ਕਹਿ ਰਹੇ ਕਿ ਤੁਹਾਡੇ ਨਾਲ ਪਹਿਲਾਂ ਵੀ ਇਸ ਬਾਰੇ ਗੱਲਬਾਤ ਹੋਈ ਸੀ, ਲੇਕਿਨ ਉਹ ਨਹੀਂ ਚਾਹੁੰਦੇ ਸੀਗੇ ਕਿ ਕੋਈ ਪ੍ਰੋਟੈਸਟ ਵਰਗਾ ਕਦਮ ਚੱਕਣ, ਪਰ ਹੁਣ ਜਦੋਂ ਨਹੀਂ ਪ੍ਰਸ਼ਾਸਨ ਨੇ ਸੁਣਿਆ ਤਾਂ ਅੱਜ ਤੁਹਾਨੂੰ ਮੈਮੋਰੈਂਡਮ ਦੇ ਨਾਲ? ਮੈਂ ਜਿੱਦਾਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਜਦੋਂ ਇਹਨਾਂ ਨੇ ਪਹਿਲੇ ਵੀ ਮੁੱਦਾ ਉਠਾਇਆ ਸੀ ਉਦੋਂ ਵੀ ਅਸੀਂ ਇਹਦੀ ਚੈਕਿੰਗ ਕਰਾ ਕੇ ਜਿਹੜਾ ਦੋਸ਼ੀ ਸੀ ਉਹਦੇ ਉੱਤੇ FIR ਕਰ ਦਿੱਤੀ ਹੈ, ਡਿਟੇਲਸ ਅਸੀਂ ਤੁਹਾਨੂੰ ਭੇਜ ਦਾਂਗੇ। ਜਲੰਧਰ ਸੇ ਪਰਮਜੀਤ ਸਿੰਘ ਕੀ ਰਿਪੋਰਟ, ਕੈਮਰਾਮੈਨ ਯੁਗਮਾਰਕ TV।